13 ਸਾਲ ਦਾ ਸ਼ੁਭ ਰਾਮਗੜੀਆ ਮੁੰਡਾ ਜੋ ਕਿ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਫੇਮਸ ਹੈ। ਪੰਗੜਾ ਬਹੁਤ ਸੋਹਣਾ ਪਾਉਂਦਾ ਹੈ, ਐਕਟਿੰਗ ਬਹੁਤ ਸੋਹਣੀ ਕਰਦਾ ਹੈ। ਤੇ ਬੋਲਣ ਦਾ ਸਟਾਈਲ ਐਦਾਂ ਹੈ ਕਿ ਜਿਵੇਂ ਪਤਾ ਨਹੀਂ ਕਿੰਨਾ ਕੁ ਸਿਆਣਾ ਬੰਦਾ ਗੱਲ ਕਰ ਰਿਹਾ। ਦੱਸੋ ਆਪਣੇ ਬਾਰੇ ਕੁਝ। ਹਾਂਜੀ ਸਿਆਣੀ ਹੈ ਜੀ। ਜਦੋਂ ਸਟਾਰਟ ਕੀਤਾ ਸੀ ਉਦੋਂ ਐ ਹੁੰਦਾ ਸੀ ਕਿ ਸਾਰੇ ਕਹਿਣ ਕਿ ਆਪ ਵਧੀਆ ਕਰਦਾ ਪਿਆ ਜਾਂ ਕੁਛ ਕਿ ਸਾਰਿਆਂ ਨੇ ਕਿਹਾ ਕਿ ਕਿਹੜੇ ਚੱਕਰੀ ਪੈ ਗਏ ਆ ਨਹੀਂ ਹਾਂਜੀ ਹਾਂਜੀ ਕਹਿੰਦੇ ਹੁੰਦੇ ਸੀ ਪਰ ਉਹਨਾਂ ਵੱਲ ਧਿਆਨ ਨਹੀਂ ਦਈਦਾ ਇਹਨਾਂ ਕਹਿੰਦੇ ਪਹਿਲਾਂ ਖੁੱਲ ਕੇ ਜਿੰਦੇ ਸੀ ਜ਼ਿੰਦਗੀ ਹੁਣ ਦਬ ਦਬ ਕੇ ਜੀਣੇ ਆ ਰੋਜ਼ ਥੋੜਾ ਥੋੜਾ ਕਰਕੇ ਸਬਰ ਦਾ ਘੁੱਟ ਪੀਣੇ ਆ ਉਹਦੀ ਵੀ ਕੋਈ ਮਜਬੂਰੀ ਹੋਣੀ ਰੋਜ਼ ਇਹ ਕਹਿ ਕੇ ਮਰਨ ਨੂੰ ਸਮਝਾਉਣਾ ਆ ਬਾਹਰ ਤਾਂ ਮੈਂ ਖੁਸ਼ ਹੀ ਰਹਿਣਾ ਪਰ ਅੰਦਰੋਂ ਦਿਲ ਰੋਂਦਾ ਹੈ ਕੱਪੜੇ ਕੁਪੜੇ ਪਾਣੇ ਕੀਨੇ ਮਤਲਬ ਇਹ ਤਾਂ ਖਾਏ ਕਿ ਐਦਾਂ ਪਾਣੇ ਬੱਚਿਆਂ ਵਾਲੇ ਕੱਪੜੇ ਤਾਂ ਹੋਰ ਹੁੰਦੇ ਤਾਂ ਵੱਡਿਆਂ ਵਾਲੇ ਕੱਪ ਏਦੇ ਵੱਡਾ ਬਰਾਈ ਅੱਛਾ ਹਾਂਜੀ ਉਹ ਕਹਿੰਦਾ ਹੈ ਬਰਾਈ ਮਤਲਬ ਇੰਸਟਾਗ੍ਰਾਮ ਤੇ ਦੇਖਦੇ ਹੀ ਰ ਅ ਅੱਛਾ ਸ਼ੌਂਕ ਪੈ ਜਾਂਦਾ ਹੈ ਤੇ ਆ ਪੱਗ ਕਿਨੇ ਬੰਨੀ ਐ ਇਹ ਆਪੇ ਬੰਨੀ ਅੱਛਾ ਆਪ ਹੀ ਪੱਗ ਬੰਨੀ ਐ ਤੇ ਕੋਈ ਹੈਲਪ ਕਰਾਂਦਾ ਨਾ ਨਹੀਂ ਨਹੀਂ ਹੈਲਪ ਨਹੀਂ ਜਿਆਦਾ ਸ਼ੌਂਕ ਖਾਲਸਾ ਕਾਲਜ ਵਾਲੇ ਤੇ ਭੰਗੜੇ ਦਾ ਹੁੰਦਾ ਅੱਛਾ ਹਾਂਜੀ ਭੰਗੜਾ ਮਲੋ ਉਤਰਾ ਵਧੀਆ ਆ ਸਾਰਾ ਅੰਬਰਸਰ ਚ ਪੰਜਾਬ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਵਿਸ਼ਾਲੀ ਸ਼ਰਮਾ ਅੱਜ ਮੇਰੇ ਨਾਲ ਇੱਕ 13 ਸਾਲ ਦਾ ਸ਼ੁਭਰਾਮ ਗੜੀਆ ਮੁੰਡਾ ਜੋ ਕਿ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਫੇਮਸ ਹੈ ਪੰਗੜਾ ਬਹੁਤ ਸੋਹਣਾ ਪਾਉਂਦਾ ਐ ਐਕਟਿੰਗ ਬਹੁਤ ਸੋਹਣੀ ਕਰਦਾ ਐ ਹਾਸੀਆਂ ਖੇਡੀਆਂ ਵਾਲੀ ਵੀਡੀਓਜ਼ ਬਹੁਤ ਜ਼ਿਆਦਾ ਪਾਉਂਦਾ ਜੋ ਕਿ ਬਹੁਤ ਵਾਇਰਲ ਹੁੰਦੀਆਂ ਤੇ ਲੋਕੀ ਪਸੰਦ ਵੀ ਬਹੁਤ ਕਰਦੇ ਨੇ ਜਦੋਂ ਇਹ ਸਾਨੂੰ ਇੱਥੇ ਮਿਲਣ ਆਇਆ ਤਾਂ ਇੱਕ ਦੋ ਜਣਿਆਂ ਨੇ ਇਹਨੂੰ ਪਛਾਣ ਵੀ ਲਿਆ ਤੇ ਇਹਦੇ ਵੱਲ ਦੇਖਣ ਲੱਪੇ ਤੇ ਇਹ ਵੀ ਦੇਖਣ ਲੱਪੇ ਇਹ ਇਹ ਅੱਗਿਓ ਕਹਿੰਦਾ ਕਿ ਮੈਨੂੰ ਲੱਗਦਾ ਉਹਨਾਂ ਨੇ ਮੈਨੂੰ ਪਛਾਣ ਲਿਆ ਮਤਲਬ ਕੌਨਫੀਡੈਂਸ ਦੇਖ ਲਓ ਮੁੰਡੇ ਦਾ ਉਹਨੂੰ ਹੈ ਕਿ ਮੈਨੂੰ ਸਾਰੇ ਜਾਣਦੇ ਆ ਗੱਲ ਕਰਦੇ ਆ ਦੇ ਨਾਲ ਕਿਵੇਂ ਹੋ ਵਧੀਆ ਜੀ ਵਧੀਆ ਤੁਸੀਂ ਬਹੁਤ ਵਧੀਆ ਮੈਂ ਇੱਕ ਤਾਂ ਗੱਲ ਹੋਰ ਦੱਸ ਦਵਾਂ ਕਿ ਜਿਹੜਾ ਦਾ ਬੋਲਣ ਦਾ ਸਟਾਈਲ ਹੈ ਕਿਥੋਂ ਅੰਮ੍ਰਿਤਸਰ ਤੋਂ ਤੁਸੀਂ ਹਾਂਜੀ ਹਾਂਜੀ ਤੇ ਬੋਲਣ ਦਾ ਸਟਾਈਲ ਐਦਾਂ ਹੈ ਕਿ ਜਿਵੇਂ ਪਤਾ ਨਹੀਂ ਕਿੰਨਾ ਕੁ ਸਿਆਣਾ ਬੰਦਾ ਗੱਲ ਕਰ ਰਿਹਾ ਦੱਸੋ ਆਪਣੇ ਬਾਰੇ ਕੁਝ ਹਾਂਜੀ ਸਿਆਣੀ ਆ ਜੀ ਸਿਆਣੀਆਂ ਹਾਂ ਹਾਂ ਅੰਬਰਸਰ ਤੋਂ ਆਤਰਾ ਅੱਛਾ ਉਤਰਾ ਹਾਂਜੀ ਉਤਰਾ ਅੰਬਰਸਰ ਤੋਂ ਤੁਸੀਂ ਤੇ ਤੁਸੀਂ ਸਿਆਣੇ ਵੀ ਬਹੁਤ ਹਾਂਜੀ ਤੇ ਜਿਹੜੀਆਂ ਤੁਹਾਡੀ ਸਿਆਣੀਆਂ ਵੀਡੀਓਜ਼ ਦੇਖਦੇ ਆ ਹਾਸਾ ਹਾਸੀਆਂ ਖੇਡੀਆਂ ਵਾਲੀਆਂ ਕਾਮੇਡੀ ਤਾਂ ਉਹ ਤੁਸੀਂ ਆਪਣੇ ਆਪ ਤੁਹਾਨੂੰ ਆਇਆ ਕਿ ਕਿਸੇ ਨੇ ਸਿਖਾਇਆ ਨਹੀਂ ਨਹੀਂ ਉਹ ਪਹਿਲਾਂ ਵੱਡੇ ਭਰਾ ਨੇ ਸ਼ੁਰੂ ਕੀਤੀਆਂ ਸੀ ਬਣਾਉਣੀਆਂ ਅੱਛਾ ਹਾਂਜੀ ਤੇ ਉਥੋਂ ਫਿਰ ਉਹਦੀ ਵੀਡੀਓ ਦੇਖ ਕੇ ਮੈਨੂੰ ਸ਼ੌਕ ਪੈ ਗਿਆ ਫਿਰ ਵਧੀਆ ਲੱਗਣਾ ਆਪੀਆਂ ਅੱਛਾ ਤੇ ਫਿਰ ਆਪਣਾ ਵੀ ਬਣਾਉਣਾ ਸ਼ੁਰੂ ਕਰਤਾ ਵਾ ਇਹ ਨਹੀਂ ਸੋਚਿਆ ਸੀ ਕਿ ਫਾਲੋਅਰ ਹੋਣਗੇ ਵਧਣਗੇ ਇਹ ਨਹੀਂ ਸੋਚਿਆ ਸੀ ਅੱਛਾ ਸ਼ੌਂਕ ਲਈ ਬਣਾਈਆ ਸੀ ਕਿੰਨੇ ਫਾਲੋਅਰ ਸੇ ਇਹ 85 ਹਜ਼ਾਰ 85 ਹਜ਼ਾਰ ਤੇ ਸਾਡੀ ਸਾਡੀ ਉਮਰ ਦੇ ਵਿੱਚ ਸਾਨੂੰ ਪਤਾ ਵੀ ਨਹੀਂ ਸੀ ਹੁੰਦਾ ਕਿ ਐਦਾਂ ਦੀ ਵੀ ਕੋਈ ਚੀਜ਼ ਹੁੰਦੀ ਹੈ ਹੁਣ ਜਾ ਕੇ ਅਗਲ ਆਈ ਹੈ ਪਰ ਤੂੰ 13 ਸਾਲਾਂ ਦੀ ਉਮਰ ਦੇ ਵਿੱਚ 85 ਹਜ਼ਾਰ ਫਾਲੋਅਰ ਚੱਕੀ ਫਿਰਦਾ ਹਾਂਜੀ ਇਹ ਸੋਚਿਆ ਨਹੀਂ ਰੱਬ ਵੱਲ ਹੀ ਹੋ ਗਿਆ ਅੱਛਾ ਤੇ ਅੱਛਾ ਜਿਹਾ ਸਟਾਰਟ ਕੀਤਾ ਸੀ ਉਦੋਂ ਐ ਹੁੰਦਾ ਸੀ ਕਿ ਸਾਰੇ ਕਹਿਣ ਕਿ ਆਪ ਵਧੀਆ ਕਰਦਾ ਪਿਆ ਜਾਂ ਕੁਝ ਕਿ ਸਾਰਿਆਂ ਨੇ ਕਿਹਾ ਕਿ ਕਿਹੜੇ ਚੱਕਰੀ ਪੈ ਗਏ ਆ ਨੇ ਕਿਹਾ ਵੀ ਗਈਆਂ ਨੇ ਕਈ ਰਿਸ਼ਤੇਦਾਰ ਨੇ ਵੀ ਕਿਹਾ ਹੀ ਮੱਲਾਬ ਕਹਿੰਦੇ ਹੁੰਦੇ ਹੀ ਗਏ ਪਰ ਹਾਂਜੀ ਹਾਂਜੀ ਕਹਿੰਦੇ ਹੁੰਦੇ ਸੀ ਪਰ ਉਹਨਾਂ ਵੱਲ ਧਿਆਨ ਨਹੀਂ ਦਈਦਾ ਇਹਨਾਂ ਜਿਹੜਾ ਬੋਲਦਾ ਬੋਲੀ ਜਾਂਦਾ ਬੋਲੀ ਜਾਂਦਾ ਕੋਈ ਹੁਣ ਉਹ ਹੀ ਰਿਸ਼ਤੇਦਾਰ ਕਹਿੰਦੇ ਹੋਣੇ ਕਿ ਲੈ ਤੇਰੀ ਤਾਂ ਚੜਾਈ ਹੈ ਮੁੰਡਿਆ ਹਾਂਜੀ ਹਾਂਜੀ ਕਹਿੰਦੇ ਆ ਕਹਿੰਦੇ ਆ ਬੜਾ ਕਹਿੰਦੇ ਹੋਰ ਕੁਝ ਆਪਣੇ ਬਾਰੇ ਦੱਸੋ ਕਿ ਭੰਗੜੇ ਦੇ ਵਿੱਚ ਕਿਹਨੂੰ ਮੰਨਦੇ ਹੋ ਕੌਣ ਵਧੀਆ ਲੱਗਦਾ ਸਾਰਿਆਂ ਨੇ ਤੇ ਆਪਣੇ ਕੋਲ ਸਾਹਿਬ ਹੀ ਵਧੀਆ ਲੱਗਦੇ ਹਾਂ ਹਾਂਜੀ ਕੋਲ ਸਾਹਿਬ ਕੌਣ ਨੇ ਗੋਸਾ ਗੋਪੀ ਭਾਈ ਗੁਰਪ੍ਰੀਤ ਸਿੰਘ ਓਕੇ ਹਾਂਜੀ ਉਹ ਤੁਹਾਨੂੰ ਸਿਖਾਉਂਦੇ ਨੇ ਹਾਂਜੀ ਹਾਂਜੀ ਉਹ ਸਿਖਾਉਂਦੇ ਨੇ ਕਿ ਤੁਸੀਂ ਸਿਖਾਉਂਦੇ ਨਹੀਂ ਉਹ ਹੀ ਸਿਖਾਉਂਦੇ ਆ ਜੀ ਜਦੋਂ ਆਪਦੇ ਰეკਡ ਗੱਲ ਕਰ ਰਹੇ ਸੀਗੇ ਕਹਿੰਦੇ ਕੋਚ ਤਾਂ ਵੈਸੇ ਇਹੀ ਹੈ ਪਰ ਇਹੀ ਸੀਗੇ ਪਰ ਹੁਣ ਮੈਂ ਆ ਕਹਿੰਦਾ ਨਹੀਂ 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 ਫਿਰ ਐਦਾ ਕਿਉਂ ਕਿ ਨਹੀਂ ਨਹੀਂ ਉਹ ਵੈ ਮਜ਼ਾਕ ਕਰਿਆ ਮਜ਼ਾਕ ਕੀਤਾ ਸੀ ਅੱਛਾ ਫਿਰ ਫੈਨ ਫੋਲੋਇੰਗ ਕੁੜੀਆਂ ਦੀ ਹੈਗੀ ਹੈ ਹਾਂਜੀ ਥੋੜੀ ਬਹੁਤੀ ਅੱਛਾ ਤੇ ਕੁੜੀਆਂ ਕਹਿੰਦੀਆਂ ਕਿ ਸਾਡੇ ਨਾਲ ਫੋਟੋ ਖਿਚਾ ਲਓ ਜਾਂ ਕੁੜੀਆਂ ਪਸੰਦ ਕਰਦੀਆਂ ਕਿੰਦੀਆਂ ਗਈ ਗਰਲਫ੍ਰੈਂਡਸ ਕਿੰਨੀਆਂ ਨਹੀਂ ਹੈ ਨਹੀਂ ਅਕੀ ਹਜੇ ਨਹੀਂ ਹੈਗੀ ਨਹੀਂ ਨਹੀਂ ਮਤਲਬ ਹਜੇ ਬਣਾਣੀ ਆ ਹਾਂਜੀ ਹਾਂਜੀ ਇਹਦੇ ਨਾਲ ਦੇ ਨੇ ਪਕਿਆ ਸੀਗਾ ਸਾਨੂੰ ਕਿ ਗਰਲਫ੍ਰੈਂਡ ਦਾ ਜ਼ਿਕਰ ਜ਼ਰੂਰ ਕਰਨਾ ਐਦਾਂ ਕਹਿਆ ਸੀ ਕਰ ਦੇਣੇ ਮੇਰੇ ਘਣੀਆਂ ਨਾ ਕਿੰਦਾ ਕਰ ਦੇਣੇ ਵੀ ਦਿਖਣੀ ਐ ਇਸ ਕਰਕੇ ਗਰਲਫ੍ਰੈਂਡਸ ਦਾ ਜ਼ਿਕਰ ਨਾ ਕਰਨਾ ਕਰ ਦੇਣੁ ਸ਼ੱਕ ਹੈ ਤੁਹਾਡੇ ਤੇ ਨਹੀਂ ਨਹੀਂ ਇਹ ਉਹ ਸ਼ੱਕ ਵਾਲੀ ਗੱਲ ਨਹੀਂ ਐ ਹੂੰ ਉਹ ਫਿਰ ਉਹ ਫਰ ਲੈਣ ਦੇ ਨਾਲ ਗੱਲ ਨੂੰ ਅੱਛਾ ਲੇ ਗੱਲ ਵੀ ਸਹੀ ਆ ਫਿਰ ਜਿਹੜੇ ਅਪੀਅਰੈਂਸ ਹੁੰਦੇ ਆ ਗੱਲ ਤਾਂ ਫਾੜੀ ਲੈਂਦੇ ਕਿ ਐਦਾਂ ਐ ਉਦਾਂ ਐ ਫਿਰ ਜਿਆਦਾ ਰੋਕ ਟੋਕੀ ਹੋਣ ਲੱਗ ਪੈਂਦੀ ਹੈ ਨਹੀਂ ਨਹੀਂ ਰੋਕ ਟੋਕੀ ਤਾਂ ਸ਼ੁਰੂ ਤੋਂ ਨਹੀਂ ਹੋਈ ਆਪਣੀ ਅੱਛਾ ਹਾਂਜੀ ਉਹਦੇ ਕਹਿੰਦੇ ਉਹ ਘਰ ਦੇ ਬਹੁਤ ਸਪੋਰਟ ਕਰਦੇ ਆ ਆਪਣੀ ਅੱਛਾ ਤੇ 13 ਸਾਲ ਦੀ ਉਮਰ ਦੇ ਵਿੱਚ ਵੀ ਸਪੋਰਟ ਕਰਦੇ ਆ ਹਾਂਜੀ ਹਾਂਜੀ ਕਰਦੇ ਆ ਥੋੜੇ ਚੰਗੇ ਕਰਦੇ ਆ ਹਾਂਜੀ ਉਹ ਬਸ ਉਹ ਇਹੋ ਕਹਿੰਦੇ ਆ ਪੜਾਈ ਵੱਲ ਥੋੜਾ ਜਿਆਦਾ ਧਿਆਨ ਦਿਓ ਅੱਛਾ ਬਸ ਬਾਕੀ ਕੁਝ ਨਹੀਂ ਅੱਛਾ ਤੇ ਮੈਨੂੰ ਕੱਪੜੇ-ਕੁਪੜੇ ਪਾਣੇ ਕਿਨੇ ਮਤਲਬ ਇਹ ਤਾਂ ਖਾਇਕੇ ਐਦਾਂ ਪਾਣੇ ਆ ਬੱਚਿਆਂ ਵਾਲੇ ਕੱਪੜੇ ਤਾਂ ਹੋਰ ਹੁੰਦੇ ਤਾਂ ਵੱਡਿਆਂ ਵਾਲੇ ਕੱਪੜੇ ਆ ਇਹ ਦੇ ਵੱਡਾ ਬਰਾਈ ਅੱਛਾ ਹਾਂਜੀ ਉਹ ਕਹਿੰਦਾ ਆਪਣਾ ਦੇ ਮਤਲਬ ਇੰਸਟਾਗ੍ਰਾਮ ਤੇ ਦੇਖਦੇ ਰ ਅ ਅੱਛਾ ਸ਼ੌਂਕ ਪੈ ਜਾਂਦਾ ਏ ਤੇ ਆ ਪੱਗ ਕਿਨੇ ਬੰਨੀ ਆ ਇਹ ਆਪੇ ਬੰਨੀ ਆ ਅੱਛਾ ਆਪ ਹੀ ਪੱਗ ਬੰਨੀ ਆ ਤੇ ਕੋਈ ਹੈਲਪ ਕਰਾਂਦਾ ਨਾਲ ਨਹੀਂ ਨਹੀਂ ਹੈਲਪ ਨਹੀਂ ਇਹ ਦਰਅਸਲ ਜਦੋਂ ਵੱਡਾ ਬਰਾ ਆਂਦਾ ਹੁੰਦਾ ਸੀ ਨਾ ਰਾਤੀ ਘਰੇ ਤੇ ਉਹਨੇ ਪੱਗ ਲਾਣੀ ਤੇ ਮੈਂ ਬੰਨਣੀ ਸ਼ੁਰੂ ਕਰ ਦੇਣੀ ਸੀ ਛੇ ਅੱਛਾ ਹਾਂਜੀ ਤੇ ਫਿਰ ਉਥੋਂ ਹੌਲੀ ਹੌਲੀ ਜਾ ਚਾਈ ਗਈ ਅੱਛਾ ਤੇ ਫਿਰ ਪਤਾ ਲੱਗ ਗਿਆ ਕਿ ਐਦਾਂ ਪੱਗ ਬੰਨਣੀ ਹੈ ਮੈਂ ਪੁੱਠੀ ਪੱਲੇ ਨਾਲ ਨਹੀਂ ਪੱਲੇ ਇਧਰ ਇਧਰ ਲੈਣਾ ਨਹੀਂ ਅੱਛਾ ਤੇ ਹੁਣ ਪਤਾ ਲੱਗ ਗਿਆ ਹਾਂਜੀ ਅੱਛਾ ਤੇ ਹੁਣ ਸਾਨੂੰ ਦਰਸ਼ਕਾਂ ਨੂੰ ਕੁਝ ਕਰਕੇ ਦਿਖਾਓ ਹਾਂਜੀ ਜੀ ਕੀ ਦਿਖਾਵਾਂਗੇ ਐਕਟਿੰਗ ਨਹੀਂ ਪੰਗੜਾ ਕਰ ਦੇਣੇ ਕੋਈ ਕੋਈ ਵੀ ਲਾ ਦਿਓ ਕੋਈ ਗੱਲ ਨਹੀਂ ਫੋਨ ਦੇ ਮੈਂ ਪੰਗੜਾ ਦਾਓ ਲਗਾ ਲਵਾਂ ਕਿਹੜਾ ਗਾਣਾ ਦੱਸੋ ਤੁਸੀਂ ਦੱਸੋ ਗਾਣਾ ਗਾਣਾ ਤੇ ਕੋਈ ਵੀ ਹੋਵੇ ਕੋਈ ਗੱਲ ਨਹੀਂ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਜ਼ਿਆਦਾ ਸੋਹਣਾ ਧੰਨਵਾਦ ਭੰਗੜਾ ਤਾਂ ਖੈਰ ਬਹੁਤ ਸੋਹਣਾ ਸੀ ਦੇਖਿਆ ਵੀ ਐ ਪਰ ਇਹਦੇ ਨਾਲ ਨਾਲ ਮੈਨੂੰ ਇਹ ਦੱਸੋ ਕਿ ਜਦੋਂ ਵਿਆਹਾਂ ਤੇ ਜਾਂਦੇ ਹੋ ਸਾਰੇ ਤੁਹਾਨੂੰ ਹੀ ਦੇਖਦੇ ਹਾਂਜੀ ਹਾਂਜੀ ਆਪਣੇ ਨਾਲ ਲਾਲੀ ਸੀ ਇੱਕ ਤੇ ਗੱਲ ਕਰਨ ਦਾ ਜਿਹੜਾ ਤਰੀਕਾ ਹੈ ਨਾ ਇਸ ਮੁੰਡੇ ਦਾ ਬਹੁਤ ਜ਼ਿਆਦਾ ਵਧੀਆ ਕਿ ਐ ਨਾ ਰੂਲ ਮਤਲਬ ਮਨ ਲਗਾਈ ਰੱਖਦੇ ਹੋਣੇ ਸਭ ਦਾ ਹਾਂਜੀ ਸਭ ਨੂੰ ਕਹਿੰਦੇ ਹੋ ਕਿ ਭੰਗੜਾ ਪਾਓ ਹਾਂਜੀ ਹਾਂਜੀ ਸਾਰੀ ਘਰੇ ਕਿਸ ਨੂੰ ਸ਼ੌਂਕ ਹੈਗਾ ਡਾਂਸ ਦਾ ਨੇ ਕਰ ਰਣੀ ਮम्मी पापा ਪੰਗੜਾ ਇਤਰਾਵਾ ਲੈਂਦੇ ਆ ਵਿਆਵਾ ਸ਼ਾਦੀਆਂ ਦੇ ਅੱਛਾ ਵਿਆਵਾ ਸ਼ਾਦੀਆਂ ਦੇ ਹੋਰ ਕੁਝ ਆਪਣੇ ਬਾਰੇ ਕੁਝ ਦੱਸਣਾ ਚਾਹੁੰਦੇ ਕੁਝ ਆਪਣੀ ਆਪਣੇ ਆਪਣੀ ਲਾਈਫ ਦੇ ਬਾਰੇ ਦੱਸੋ ਕਿ ਕਿਵੇਂ ਰਹਿੰਦੇ ਹੋ ਬਸ ਇਧਰ ਨੋਰਮਲ ਆਕੜੇ ਰੱਖਣੀ ਚਾਹੀਦੀ ਬੰਦੇ ਨੂੰ ਅੱਛਾ ਜਦੋਂ ਸ਼ੁਰੂ ਕੀਤਾ ਸੀ ਉਦੋਂ ਕਰਦੇ ਨੇ ਕਿ ਆ ਹੀ ਥੋੜਾ ਜਿਹਾ ਵੱਡੇ ਭਰਾ ਨੇ ਕੀ ਮਤਲਬ ਅਕਾਊਂਟ ਬਣਾਉਣਾ ਇੰਸਟਾਗ੍ਰਾਮ ਦਾ ਤੇ ਲੋਕ ਕੀ ਕੀ ਕਹਿਣਗੇ ਅੱਛਾ ਨਹੀਂ ਫਿਰ ਉਹ ਮੈਂ ਲੜ ਜਿੱਦ ਕੇ ਬਣਾਈ ਲਿਆ ਸੀ ਅੱਛਾ ਉਸ ਤੋਂ ਬਾਅਦ ਵੀਡੀਓ ਬਣਾਉਣੀ ਸ਼ੁਰੂ ਕੀਤੀ બસ ਤੇ ਇੱਕ ਤਾਂ ਹੋ ਗਿਆ ਆਪਣਾ ਪੰਗੜਾ ਤੇ ਇੱਕ ਹੋ ਗਈ ਆਪਣੀ ਐਕਟਿੰਗ ਐਕਟਿੰਗ ਦਾ ਸ਼ੌਂਕ ਕਿੰਨਾ ਕ ਹੈ ਐਕਟਿੰਗ ਇਤਰਾ ਹੀ ਇਤਰਾ ਹੀ ਰੀਲਸ ਤੋਂ ਹੀ ਵਾਈ ਥੋੜੀ ਬੋਤੀ ਕਰ ਲਈ ਦੀ اچھا ਤੇ ਮੈਨੂੰ ਹੁਣ ਇਹ ਦੱਸੋ ਕਿਹੜੀ ਕਲਾਸ ਚ ਪੜਦੇ ਹੋ ਮੈਂ ਸਵੰਦ ਕਲਾਸ ਚ ਤੇ ਕਲਾਸ ਦੇ ਵਿੱਚ ਸਭ ਨੂੰ ਪਤਾ ਹੋਣਾ ਕਿ ਸ਼ੋਭਾ ਕੌਣ ਹਾਂਜੀ ਹੈਨਾ ਤੇ ਟੌਰ ਵੱਖਰੀ ਹੈ ਫਿਰ ਹਾਂਜੀ ਕਲਾਸ ਦੇ ਵਿੱਚ ਸਾਰੇ ਕਹਿੰਦੇ ਆ ਕਿ ਤੁਹ ਤਾਂ ਬੜਾ ਫੇਮਸ ਐ ਤੇ ਤੇ ਚੜਾਈ ਨੂੰ ਹੁੰਦਾ ਹੈ ਕਿ ਸਾਡੇ ਸਕੂਲ ਦਾ ਨਾਮ ਵਧਾਰੇ ਹੁੰਦਾ ਕੋਈ ਡੀਰ ਨੰਦਾ ਹਾਂਜੀ ਤੇ ਹੁੰਦਾ ਕਿ ਸਕੂਲ ਦੇ ਵਿੱਚ ਕੋਈ ਵੀ ਫੰਕਸ਼ਨ ਹੋਵੇ ਤੇ ਮੂਰੇ ਹੋ ਕੇ ਖੜਨਾ ਹੈ ਹਾਂਜੀ ਹਾਂਜੀ ਹੁੰਦਾ ਤੇ ਪ੍ਰਾਈਜ਼ ਵੀ ਆਂਦਾ ਹਾਂਜੀ ਹੁੰਦਾ ਫੁੱਟ ਪੈਂਦੀ ਹੈ ਮੈਡਮਾ ਉਹ ਟੀਚਰ ਜਦੋਂ ਕੁੱਟਦੇ ਨੇ ਤੂੰ ਕਹਿੰਦਾ ਨਹੀਂ ਹੈਗਾ ਕਿ ਤੁਹਾਨੂੰ ਪਤਾ ਮੈਂ ਕੌਣ ਕਹਿ ਦਿੱ ਗਿਆ ਅੱਛਾ ਇਦਾਂ ਨਿਕਲ ਗਿਆ ਸਿਆਣਾ ਆਇਆ ਮੈਂ ਅਸਕੇ ਆਇਆ ਕਿ ਮੈਂ ਇੰਟਰਵਿਊ ਕਰਨ ਚੱਲਣਾ ਹਾਂਜੀ ਹਾਂਜੀ ਉਹ ਕਰਦੇ ਤਾਂ ਬਹੁਤ ਖੁਸ਼ੀ ਗਏ ਅੱਛਾ ਫੇਲੀ ਇੰਟਰਵਿਊ ਹੋ ਰਹੀ ਗਏ ਬਹੁਤ ਖੁਸ਼ੀ ਅੱਛਾ ਹਾਂਜੀ ਤੇ ਮਤਲਬ ਐ ਹੋਇਆ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਨਾ ਕਰੇ ਕੰਮ ਹੁਣ ਕਿਉਂ ਇਦਾਂ ਤੁਹਾਨੂੰ ਐ ਹੋ ਰਿਹਾ ਪ੍ਰਾਊਡ ਹੋ ਰਿਹਾ ਨਹੀਂ ਨਹੀਂ ਉਹ ਫਿਰ ਜਦੋਂ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗਦਾ ਗਿਆ ਕਿ ਹਾਂਜੀ ਲੋਕ ਪਛਾਣਦੇ ਆ ਫਿਰ ਉਹਨਾਂ ਨੂੰ ਵਧੀਆ ਲੱਗ ਲੱਪੇ ਗਲੀ ਮਲੇ ਦੇ ਵਿੱਚ ਜਦੋਂ ਕੋਈ ਆਂਦਾ ਆਂਦਾ ਮਿਲਣ ਕਰੇ ਹਾਂ ਜੀ ਆਂਦੇ ਹਾਂ ਜੀ ਗਲੀ ਦੇ ਸ਼ੇਰੋ ਸ਼ਾਇਰੀ ਕੁਝ ਸੁਣਾ ਦਿੱਤੀ ਜਾਵੇ ਹਾਂ ਜੀ ਉਹ ਰਾਤੀ ਬਹਿ ਕੇ ਲਿਖੀ ਵੈਸੇ ਪਹਿਲਾਂ ਬੈਠਾ ਹੈ ਅੱਛਾ ਕਹਿੰਦੇ ਪਹਿਲਾਂ ਖੁੱਲ ਕੇ ਜਿੰਦੇ ਸੀ ਜ਼ਿੰਦਗੀ ਹੁਣ ਦਬ ਦਬ ਕੇ ਜੀਨੇ ਆ ਰੋਜ਼ ਥੋੜਾ ਥੋੜਾ ਕਰਕੇ ਸਬਰ ਦਾ ਘੁੱਟ ਪੀਨੇ ਆ ਅੱਛਾ ਉਹਦੀ ਵੀ ਕੋਈ ਮਜਬੂਰੀ ਹੋਣੀ ਰੋਜ਼ ਇਹ ਕਹਿ ਕੇ ਮਰਨੂੰ ਸਮਝਾਉਣਾ ਆ ਬਾਹਰ ਤਾਂ ਮੈਂ ਖੁਸ਼ ਹੀ ਰਹਿਣਾ ਪਰ ਅੰਦਰੋਂ ਦਿਲ ਰੋਂਦਾ ਆ ਹਾਂ 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 13 ਸਾਲ ਦੀ ਉਮਰ ਦੇ ਵਿੱਚ ਵੀ ਦਿਲ ਰੋਂਦਾ ਹੈ ਨਹੀਂ ਨਹੀਂ ਉਹ ਵੈਸੇ ਹੀ ਸ਼ੌਕ ਨੂੰ ਅੱਛਾ ਸ਼ੌਕ ਨੂੰ ਰੋਂਦਾ ਨਹੀਂ ਉਹ ਤਰਾਂ ਹੀ ਉਹ ਤਰਾਂ ਹੀ ਸ਼ੇਰਾਂ ਸ਼ਾਇਰੀ ਅੱਛਾ ਸ਼ੇਰਾਂ ਸ਼ਾਇਰੀ ਤੇ ਇਹ ਤੁਹਾਨੂੰ ਜੋ ਤੁਸੀਂ ਬੋਲਿਆ ਤਾਂ ਮਤਲਬ ਵੀ ਪਤਾ ਹੈ ਇਹ ਤਾਂ ਐ ਲੱਗਦਾ ਕਿਸੇ ਦਾ ਦਿਲ ਟੁੱਟਿਆ ਹੋਇਆ ਕੋਈ ਜਿਵੇਂ ਜਾਨੀ ਹੋ ਗਿਆ ਜਾਂ ਕੁਝ ਹੋ ਗਿਆ ਨਾ ਐਦਾਂ ਦੇ ਲੋਕ ਐਦਾਂ ਦੀ ਚੀਜ਼ਾਂ ਲਿਖਦੇ ਆਂ ਤੁਸੀਂ 13 ਸਾਲ ਦੀ ਉਮਰ ਦੇ ਵਿੱਚ ਇਹਦੇ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੈਸੇ ਹੀ ਉਹ ਤਰਾਂ ਹੀ ਨਹੀਂ ਐ ਇਹ ਇਹ ਵੈਸੇ ਹੀ ਨਹੀਂ ਐ ਉਹ ਤਰਾਂ ਹੀ ਨਹੀਂ ਐ ਇਕੋ ਹੀ ਤਾਂ ਗੱਲ ਹੈਗੀ ਐ ਨਹੀਂ ਉਹ ਤਰ੍ਹਾਂ ਹੀ ਰਤੀ ਮੈਂ ਵੇਲਾ ਬੈਠਾ ਉਹਨਾਂ ਦਾ ਹੀ ਲਿਖਦੇ ਆ ਹਾਂ 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 ਜੋ ਮਰਜ਼ੀ ਲਿਖੀ ਜਾਈ ਤਾਂ ਸਾਡੇ ਨਾਲ ਦੇ ਕਹਿੰਦੇ ਆ ਤੂੰ ਪ੍ਰੀਆ ਦੇ ਬਾਰੇ ਜ਼ਰੂਰ ਪੁੱਛੀਓ ਨਹੀਂ ਨਹੀਂ ਪ੍ਰੀਆ ਆਣਾ ਉਹ ਨਹੀਂ ਨਾ ਪੁੱਛੀਏ ਪ੍ਰੀਆ ਬਾਰੇ ਔਰ ਉਹ ਵੀ ਕੀ ਬਣਾ ਵੇਖਦੀ ਹੋਏ ਪ੍ਰੀਆ ਦੇਖਦੀ ਹੋਏ ਨਹੀਂ ਨਹੀਂ ਉਹ ਹੈਗੀ ਨਹੀਂ ਵੇਹੇ ਤੇ ਉਹ ਕਿੱਦਾਂ ਫਿਰ ਦੇਖਦੀ ਹੋਗੀ ਉਹਨਾਂ ਨੇ ਗੱਲ ਹੀ ਬਣਾਈ ਯਾਰਾ ਦੋਸਤ ਕਿਹਨਾਂ ਨੇ ਗੱਲ ਹੀ ਬਣਾਈ ਇਹਨਾਂ ਨੇ ਤੇ ਕਿਉਂ ਗੱਲ ਹੀ ਕਿਉਂ ਬਣਾਈ ਇਹਨਾਂ ਨੇ ਏ ਵਾਹ ਇਹਨਾਂ ਨਾਲ ਫੜ ਲੈ ਕੇ। ਪ੍ਰਿਆ ਵੀ ਲੈ ਗਈ ਨਹੀਂ ਉਤਰਾ ਐਵੇਂ। ਅੱਛਾ। ਹਾਂਜੀ। ਤੇ ਫਿਰ ਐਦਾਂ ਐਦਾਂ ਕਿੱਦਾਂ ਕੋਈ ਨਾਮ ਬੋਲ ਤੂੰ ਸਤਾ ਕਹਿ ਰਹੇ ਸੈਂ ਉਤਰਾ ਨੇ ਉਹ ਸ਼ਰੀਫ ਐ ਇਸ ਕਮਾਜ। ਅੱਛਾ। ਅੱਛਾ। ਹਾਂਜੀ। ਤੇ ਪ੍ਰਿਆ ਫਿਰ ਮਹਾਰਾਸ਼ਟਰ ਤੋਂ ਪ੍ਰਿਆ ਕਿੱਦਾਂ ਤੁਹਾਨੂੰ ਮਿਲ ਨਹੀ ਨਹੀ ਉਹਨੇ ਇੰਟਰਵਿਊ ਦੇਖਣੀ ਏ। ਜੇ ਉਹਨੇ ਇੰਟਰਵਿਊ ਦੇਖਣੀ ਆ ਤਾਂ ਹੈ ਹੀ ਨਹੀਂ। ਨਹੀਂ। ਇਹ ਤਾਂ ਉਤਰਾ ਹੀ ਗਾਲਿਆ ਫਰੈਂਡ ਐ ਉਹ। ਅੱਛਾ ਫਰੈਂਡ ਐ। ਉਹ ਵਾਹੇ ਮਿਲੀ ਹੀ ਘੁੰਮਣ ਗਏ ਸੀ ਉਦੋਂ ਸਾਰੀ ਫੈਮਿਲੀ ਉਦੋਂ ਮਿਲੀ ਹੀ। ਕਿੱਦਾਂ ਤੱਕ ਕਹਿੰਦੀ ਤੇਰੀ ਵੀਡੀਓ ਵੇਖਿਆ ਸੀ। ਉਹ ਤੇ ਇਹਨਾਂ ਨੇ ਗੱਲ ਕਰ ਲਈ ਕਿ ਆਹ ਗੁੜੀ ਮਿਲ ਗਈ। ਅੱਛਾ। ਹਾਂਜੀ। ਮਤਲਬ ਅੱਜ ਕੱਲ ਦੀ ਜਨਰੇਸ਼ਨ ਦੇਖ ਲੋ 13 ਸਾਲ ਦੀ ਉਮਰ ਦੇ ਵਿੱਚ ਘੁੰਮਣ ਗਈ ਨੂੰ ਪ੍ਰੀਆ ਵੀ ਮਿਲ ਗਈ ਹੈਗੀ ਆ ਤੇ ਪ੍ਰੀਆ ਦਾ ਹੁਣ ਸਾਨੂੰ ਸੀਨ ਨਹੀਂ ਪਤਾ ਕੀ ਹੈ ਪਰ ਇਹ ਕਹਿੰਦਾ ਉਤਰਾ ਹੀ ਐ। ਹੁਣ ਉਤਰਾ ਕਿ ਤਰਾ? ਨਹੀਂ ਫਰੈਂਡ ਹੀ ਆ ਉਤਰਾ ਉਹ ਗੱਲ ਨਹੀਂ ਹੈਗੀ। ਉਹ ਗੱਲ ਨਹੀਂ ਹੈਗੀ ਹਾਂਜੀ। ਫਿਰ ਤੁਹਾਨੂੰ ਇੰਨੀ ਟੈਨਸ਼ਨ ਕਿਉਂ ਪੈ ਗਈ ਕਿ ਉਹਨੇ ਵੀ ਦੇਖਣੀ ਹੈ ਵੀਡੀਓ। ਉਹ ਮਤਲਬ ਵੱਡੇ ਹਨ ਕਾਫੀ। ਅੱਛਾ। ਉਹ ਛੋਟੇ ਨਹੀਂ ਆ ਵੱਡੇ ਆ। ਅੱਛਾ ਅੱਛਾ। ਹਾਂਜੀ। ਮਤਲਬ ਦੀਦੀ ਟਾਈਪ ਐ। ਨਹੀਂ ਫਰੈਂਡ ਹੈ ਬਾਈ ਫਰੈਂਡ ਹੈ ਬਾਈ ਹਾਂ ਕੋਈ ਗੱਲ ਨਹੀਂ ਕੁਝ ਹੋਰ ਕੋਈ ਤੁਸੀਂ ਐਕਟਿੰਗ ਤਾਂ ਕੁਝ ਕਰਕੇ ਦਿਖਾਈ ਨਹੀਂ ਹਾਂਜੀ ਕੋਈ ਨਹੀਂ ਕਰਦਿੰਨੇ ਕਰਕੇ ਦਿਖਾਓ ਕੀ ਕਰਕੇ ਦਿਖਾਉਂਗੇ ਤੁਹਾਨੂੰ ਜਿਹੜਾ ਸੀਨ ਜਿਹੜਾ ਕਮੇਡੀਅਨ ਦੀ ਐਕਟਿੰਗ ਕਰਕੇ ਦਿਖਾਉਂਗੇ ਐਕਟਿੰਗ ਉਹ ਤਾਂ ਰੀਲਸ ਹੀ ਕਰੀਦੀ ਆ ਅੱਛਾ ਉੱਤਰਾਣੀ ਮਨ ਲੋ ਕੋਈ ਕਰੀ ਦੇ। ਅੱਛਾ ਮਤਲਬ ਤੁਹਾਡੀ ਰੀਲਸ ਅਸੀਂ ਦਿਖਾ ਦਾਂਗੇ ਕਿ ਇਸ ਤਰੀਕੇ ਨਾਲ ਤੁਸੀਂ ਸਾਰੀਆਂ ਹੀ ਐਕਟਿੰਗ ਵਾਲੀਆਂ। ਅੱਛਾ ਹਾਂਜੀ ਤੇ ਹੁਣ ਮੈਨੂੰ ਇਹ ਦੱਸੋ ਕਿ ਕਿਹੜੇ ਸਕੂਲ ਚ ਪੜਦੇ ਹੋ? ਸ਼੍ਰੀ ਰਾਇ ਰਾਜੇਸ਼ਵਰ ਪਬਲਿਕ ਸਕੂਲ। ਅੱਛਾ ਅਮਰਸਰ ਦੇ ਵਿੱਚ ਜਿਹੜੇ ਮੁੰਡੇ ਹੁੰਦੇ ਆ ਉਹ ਮਤਲਬ ਜਿਹੜੇ ਬੱਚੇ ਹੁੰਦੇ ਉਹ ਵੀ ਐਂ ਹੀ ਰਹਿੰਦੇ ਜਿਹੜੇ ਮੁੰਡੇ ਹੁੰਦੇ। ਹਾਂਜੀ ਰਹਿੰਦੇ ਆ। ਪਰ ਆਪਾਂ ਥੋੜੇ ਲੱਗਿਆ। ਮਤਲਬ ਸਾਰੇ ਹੀ ਮੁੰਡੇ ਐ ਕਿ ਸੋਨੇ ਸੋਨੇ ਕੱਪੜੇ ਪਾ ਕੇ ਐ ਰੀਲਾ ਰੂਲਾ ਪਾ ਕੇ ਖੁੱਲੀਆਂ ਸਾਰੇ ਦੇ ਮੁੰਡੇ ਹੁੰਦੇ ਆ ਇਹੋ ਜਿਹੇ। ਕਿਹੋ ਜਿਹੇ ਹੁੰਦੇ? ਇਸ ਟਰਾਈ ਨਾਲ ਨੋ ਸ਼ੌਕ ਹੁੰਦਾ ਹੈ ਕਿ ਤਿਆਰ ਤੇ ਰੋਕੇ ਰਹੀਏ ਹਾਂਜੀ ਤੇ ਕੁੜੀਆਂ ਨੂੰ ਨਹੀਂ ਹੁੰਦਾ ਫਿਰ ਨਹੀਂ ਕੁੜੀਆਂ ਨੂੰ ਹੁੰਦਾ ਜਿਆਦਾ ਸ਼ੌਕ ਕੀ ਹੁੰਦਾ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਜਿਆਦਾ ਸ਼ੌਕ ਖਾਲਸਾ ਕਾਲਜ ਵਾਲੇ ਤੇ ਭੰਗੜੇ ਦਾ ਹੁੰਦਾ ਅੱਛਾ ਹਾਂਜੀ ਭੰਗੜਾ ਵਲੋਤਰਾ ਵਧੀਆ ਆ ਸਾਰਾ ਅੰਮ੍ਰਿਤਸਰ ਚ ਹਾਂਜੀ ਕੱਪੜੇ-ਕੱਪੜਾ ਸ਼ੌਕ ਹੁੰਦਾ ਕਿ ਤਿਆਰ ਤੇ ਰੋਕੇ ਰਹੀਏ ਵਧੀਆ ਕੱਪੜੇ ਹਾਂਜੀ ਤੁਹਾਡੇ ਭਰਾ ਨੇ ਦੱਸਿਆ ਕਿ ਤੁਸੀਂ ਕੱਲ ਨੂੰ ਨਾ ਉਹ ਤੁਹਾਡੇ ਵਾਸਤੇ ਕੱਲ ਕੱਪੜੇ ਲੈ ਕੇ ਆਏ ਪਰ ਤੁਸੀਂ ਕਿਹਾ ਕਿ ਨਹੀਂ ਮੈਂ ਨਹੀਂ ਪਾਣਾ ਮਤਲਬ ਬਹੁਤ ਚੂਜ਼ੀ ਹੁੰਦੇ ਹੋ ਇਹ ਨਹੀਂ ਪਾਣਾ ਨਖਰੇ ਬਹੁਤ ਆ ਨਹੀਂ ਨਖਰੇ ਨਹੀਂ ਉਹ ਐਵੇਂ ਟੀ-ਸ਼ਰਟ ਲਿਆਦੇ ਆਨੇ ਅੱਛਾ ਸਹੀ ਨਹੀਂ ਸਹੀ ਨਹੀਂ ਸੀ ਹਾਂਜੀ ਆਪਾਂ ਆਪਣੇ ਪਸੰਦੇ ਪਾਈਦੇ ਅੱਛਾ ਤੁਹਾਡੀ ਉਮਰ ਦੇ ਬੱਚਿਆਂ ਨੂੰ ਨਾ ਜੋ ਘਰ ਦੇ ਲਿਆਦੇ ਨੋਹੀ ਪਾ ਲੰਦੇ ਹੈ ਹੁਣ ਤਾਂ ਮੈਨੂੰ ਪਤਾ ਨਹੀਂ ਜਦੋਂ ਅਸੀਂ ਇਦਾਂ ਸੀਗੇ ਨਹੀਂ ਘਰ ਦੇ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਇਤਨਾ ਬੰਦਾ ਬੈਲ ਬੋਟਮ ਇਤਰਾ ਸ਼ਰਟਸ ਉਹਨਾਂ ਨੂੰ ਉਹ ਵੀ ਕਹਿੰਦੇ ਚਲੋ ਕੋਈ ਗੱਲ ਨਹੀਂ ਉਹ ਉਹ ਨਹੀਂ ਰੋਕ ਟੋਕ ਕਰਦੇ ਇਸ ਕੰਮ ਨੂੰ ਉਹਨਾਂ ਨੂੰ ਪਤਾ ਹੈ ਕਿ ਮੁੰਡਾ ਹੁਣ ਗੁੱਡੀ ਸਿੱਖ ਰਾਂ ਤੇ ਜੱਟ ਦੀ ਹਾਂਜੀ 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 ਉਹਨਾਂ ਨੂੰ ਵੀ ਲੱਗਾ ਚਲੋ ਲੋਕ ਦੇਖਦੇ ਆ ਤੇ ਪਸੰਦ ਵੀ ਕਰਦੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਾਫੀ ਹੂੰ ਇਸ ਕਰਕੇ ਉਹ ਨਹੀਂ ਰੋਕ ਟੋਕ ਕਰ ਉਹਨੂੰ ਕਹਿੰਦੇ ਹੋਣੇ ਕਿ ਸਾਡਾ ਤਾਂ ਨਾਮ ਇਹੀ ਚਮਕਾਊਗਾ ਹਾਂਜੀ ਹਾਂਜੀ ਨਾਮ ਕਿਨੇ ਰੱਖਿਆ ਸੀ ਇਹ ਨਾਮ ਮੇਰੀ ਪੂਆ ਜੀ ਨੇ ਰੱਖਿਆ ਸੀ ਪੂਰਾ ਨਾਮ ਕੀ ਹੈ ਸ਼ੁਭਨੀਤ ਸਿੰਘ ਸ਼ੁਭਨੀਤ ਸਿੰਘ ਹਾਂਜੀ ਤੁਹਾਨੂੰ ਪਤਾ ਸਿੱਧੂ ਮੂਸੇਵਾਲੇ ਦਾ ਨਾਮ ਕੀ ਸੀ ਸ਼ੁਭਦੀਪ ਸਿੰਘ ਹਾਂ ਤੇ ਤੁਹਾਨੂੰ ਮਾਣ ਮਹਿਸੂਸ ਹੁੰਦਾ ਕਿ ਮੇਰਾ ਨਾਮ ਉਹਦੇ ਨਾਲ ਕਿਤੇ ਰਲਦਾ ਮਿਲ ਹਾਂਜੀ ਹਾਂਜੀ ਹੁੰਦਾ ਕਈ ਵਾਰੀ ਕਈ ਕਹਿੰਦੇ ਜਿੱਤਰਾ ਨਾਲ ਮੈਂ ਨਾਮ ਦੱਸਦਾ ਉਹ ਵੀ ਕਹਿੰਦੇ ਸਿੱਧੂ ਮਸੇਰੇ ਦਾ ਨਾਮ ਸ਼ੁਭਦੇਵ ਸੀ ਹੂੰ ਕੁਛ ਹੋਰ ਜਾਂਦੇ ਜਾਂਦੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਹਾਂਜੀ ਬਸ ਤੁਸੀਂ ਵੀ ਇਤਰਾ ਹੀ ਰੀਲਸ ਜੇ ਬਣਾਉਂਦੇ ਹੋ ਕੋਈ ਵੀ ਕੰਮ ਕਰਦੇ ਹੋ ਤੇ ਲੋਕੀ ਜਿੱਤਰਾ ਵੀ ਕੋਈ ਰੋਕ ਟੋਕ ਕਰਦੇ ਆ ਤੇ ਇਤਰਾ ਪਰਵਾਹ ਨਹੀਂ ਕਰੀਦੀ ਇਤਰਾ ਹੀ ਲੱਗੇ ਰਹੀਦਾ ਆਪਣੇ ਕੰਮ ਨੂੰ ਤੇ ਆਪਣੀ ਆਪਣੀ ਆਈ ਦੀ ਵੀ ਦੱਸ ਦਿਓ ਸ਼ੋਬ੍ਰਾਮ ਗੜੀਆ ਇਸ ਵੇ ਇੱਕ ਆਈਡੀਆ ਬਹੁਤ ਹੈ ਸ਼ੋਬਨਰਸਕੋਰ ਰਾਮਗੜੀਆ ਅੰਡਰਸਕੋਰ 1 ਆਈਡੀ ਹੈ ਹਾਂਜੀ ਤੇ ਮੈਨੂੰ ਇਹ ਦੱਸੋ ਕਿ ਤੁਸੀਂ ਤੁਹਾਨੂੰ ਕਿਸੇ ਵੱਡੇ ਸਟਾਰ ਦੇ ਨਾਲ ਵੀ ਕਿਸੇ ਨਾਲ ਗੱਲ ਹੋਈ ਹੈ ਨਹੀਂ ਹੋਈ ਗੱਲ ਤੇ ਨਹੀਂ ਹੋਈ ਉਸ ਤਰ੍ਹਾਂ ਦੇਖਿਆ ਕਾਫੀ ਹਰੀਏ ਸਾਰੇ ਸਟਾਰਾਂ ਨੂੰ ਅੱਛਾ ਹਾਂਜੀ ਕੁਲਵਿੰਦਰ ਬਿੱਲੇ ਨਾਲ ਇਹ ਵਾਰ ਇੰਸਟਾਗ੍ਰਾਮ ਤੇ ਹੀ ਅੱਛਾ ਹਾਂਜੀ ਤੇ ਉਹ ਕਹਿੰਦੇ ਕਿ ਪ੍ਰੇਜ਼ ਕੀਤੀ ਉਹਨਾਂ ਨੇ ਕਿ ਬਹੁਤ ਵਧੀਆ ਭੰਗੜਾ ਪੰਨਾ ਹਾਂਜੀ ਕਿਹਾ ਸੀਗਾ ਥੋੜਾ ਜਿਹਾ ਅੱਛਾ ਹਾਂਜੀ ਚਲੋ ਜੀ ਜ਼ਰੂਰ ਮੁੰਡੇ ਨੂੰ ਫੋਲੋ ਕਰ ਲਓ ਬਹੁਤ ਸਪੋਰਟ ਕਰੋ ਵੈਸੇ ਤਾਂ ਇਹਦੀ ਬਹੁਤ ਚੜਾਈ ਹੈ ਮੁੰਡੇ ਦੀ ਬਟ ਫਿਰ ਵੀ ਮੈਂ ਕਹੂੰਗੀ ਫੋਲੋ ਕਰੋ ਜੇ ਵਧੀਆ-ਵਧੀਆ ਕੰਟੈਂਟ ਦੇਖਣਾ ਭੰਗੜਾ ਦੇਖਣਾ ਐਕਟਿੰਗ ਦੇਖਣੀ ਆ ਜਾਂ ਹਾਸੀਆਂ ਖੇਡੀਆਂ ਥੋੜੀਆਂ ਨੇ ਦੇਖਣੀ ਆ ਤਾਂ ਜ਼ਰੂਰ ਮੁੰਡੇ ਨੂੰ ਫੋਲੋ ਕਰ ਲਓ ਉਦ ਤੱਕ ਬਣੇ ਰਹੋ ਸਾਡੇ ਚੈਨਲ ਦੇ ਨਾਲ ਮੈਂ ਤਾਂ ਇਜਾਜ਼ਤ ਧੰਨਵਾਦ